इन्हां नूं चुप करा लै, नहीं तां मार मार जुत्तियां इन्हां दा धूं कढ दित्ता जावेगा। इह शब्द कोई होर नहीं सगों अकाली वर्करां वल्लों अकाली वर्करां नूं ही बोले जा रहे हन। मौका सी गुरदासपुर च श्रोमणी अकाली दल बादल वल्लों विधान सभा च होई हार नूं लै के मंथन करन लई रखी गई मीटिंग दा। मीटिंग विच हलका श्री हरगोबिंदपुर तों साबका विधायक कैप्टन बलबीर सिंह पाठ दे पुत्तर तरलोक सिंह पाठ भी अपने समर्थकां नाल पुज्जे सन। उन्हां इस मीटिंग विच अकाली दल दे खिलाफ ही नारेबाजी करनी शुरू कर दित्ती। दरअसल कैप्टन पाठ दे समर्थक देसराज धुग्गा दा विरोध कर रहे सन। उन्हां दा आरोप है कि देसराज धुग्गा ने विधान सभा चोणां दौरान श्रोमणी अकाली दल दे उम्मीदवार दी मुखालफत कीती है। जिंद जीन ला के सारे वर्करां ने जर्रा ते करके दी मत कीती है। इन्हें पहला पर्चा साडे ते कराया। कौन कौन कहदे वल्लों? देसराज धुग्गा। 5 साल अकाली दल नूं इन्हें मार के सुट्टता। जिहड़े कांग्रसी वर्सी वर्कर हल्के च असीं नहीं कहिंदे वी मर जाण, पर इन्हें सारे उह जींदे कीते, सारिआं दी मत करदा रिहा पैसे लै के। ते आह जिहड़ी इलैक्शन होई आ मनजीत सिंह मन्ने दी, इन्हें तगड़े हो के बरात 12-12 बजे तक लोगों के घर जाके कारस नूं वोटां पाईआं कि साडा इह पिछोकड़ वा वी नीलियां पग्गां बन के फिर कल दी स्टेज ते बह जाइए। असीं इहनूं बर्दाश्त नहीं करांगे, ਇਹੋ ਜਿਹੇ ਗੰਦੇ ਇਨਸਾਨ ਨੂੰ ਅਸੀਂ ਹਲਕੇ ਨਹੀਂ ਵੰਡਦੇ ਸਾਡਾ ਅੱਜ ਸਾਡਾ ਜਿਹੜਾ ਅਕਾਲੀ ਦਲ ਦੀ ਮੀਟਿੰਗ ਦਾ ਮੁੱਦਾ ਵਾ ਇਸੇ ਕਰਕੇ ਹੀ ਚੱਲੇ ਇੱਥੋਂ, ਉਹ ਵਧੀਕੀਆਂ ਦਾ ਅਕਾਲੀ ਦਲ ਨੂੰ ਮੰਥਨ ਕਰਨ ਦਾ। ਅਸੀਂ ਕਿਉਂ ਹਰੇ ਆ? ਪਰ ਹਰਨ ਵਾਲੇ ਜਦੋਂ ਫੇਰ ਯਾਰੋ ਸਾਰੇ ਦਿਨ ਮੋਹਰੇ ਕੜੀਏ ਬੈਠੇ ਆ ਤੇ ਕਿਹਨੂੰ ਕਵਾਂਗੇ? ਦਿਨ ਰਾਤ ਇਸ ਬੰਦੇ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਆ। ਆਪਾਂ ਓਬਜ਼ਰਵਰ ਸਾਹਿਬ ਕੁਹਾੜ ਸਾਹਿਬ ਨੂੰ ਮਿਲਣ ਵਾਸਤੇ ਆਏ, ਸਿਰਫ ਇਹੋ ਕੁਛ ਦਿਖਾਉਣ ਵਾਸਤੇ ਆਏ ਗਏ। ਸਾਨੂੰ ਉੱਥੇ ਵੇਖ ਕੇ ਇਹਨਾਂ ਦੇ ਜਿਹੜੇ ਮਿਲੀ ਭੁਗਤ ਲੀਡਰ ਵਾ, ਇਹ ਇਹਨਾਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਅਸੀਂ ਇਸ ਗੱਲ ਤੋਂ ਇਹਦਾ ਬਾਈਕਾਟ ਕਰਕੇ ਅਸੀਂ ਇੱਥੋਂ ਜਾ ਰਹੇ ਹਾਂ ਤੇ ਬਾਕੀ ਸਾਰੀ ਗੱਲ ਅਸੀਂ ਆਪਣੀ ਪਾਰਟੀ ਪ੍ਰਧਾਨ ਨੂੰ ਦੱਸਾਂਗੇ। ਫਿਕਰਯੋਗ ਹੈ ਕਿ ਹਾਰ ਦਾ ਮੰਥਨ ਕਰਨ ਲਈ ਮੀਟਿੰਗ 'ਚ ਹੋਰਨਾਂ ਆਗੂਆਂ ਤੋਂ ਇਲਾਵਾ ਅਜੀਤ ਸਿੰਘ ਕੁਹਾੜ ਵੀ ਖਾਸ ਤੌਰ ਤੇ ਪਹੁੰਚੇ ਸਨ। ਇਹ ਸਾਰਾ ਘਟਨਾਕ੍ਰਮ ਉਹਨਾਂ ਦੇ ਸਾਹਮਣੇ ਹੀ ਵਾਪਰਿਆ। ਜੀ ਇਹੋ ਕੁਝ ਪਤਾ ਲੈਣਾ ਹੈ ਭਈ ਕੀ ਕੁਝ ਹੋਇਆ। ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਪ੍ਰਧਾਨ ਸਾਹਿਬ ਨੂੰ ਦੇ ਦਾਂਗੇ। ਇਹ ਕਾਲੇ ਨੇ ਪੈਣ ਦੀ ਲੋੜ, ਜਿਹਨੇ ਵੀ ਪਾਰਟੀ ਦਾ ਨੁਕਸਾਨ ਕੀਤਾ ਵਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਪਰ ਥੋੜ੍ਹਾ ਜਿਹਾ ਢੰਗ ਨਾਲ ਕੰਮ ਕਰਨਾ ਪਊਗਾ। ਐਂ ਨਹੀਂ ਜੇ ਕੋਈ ਆ ਹੀ ਗਿਆ ਤਾਂ ਉਹਨੂੰ ਬਹੁਤ ਫੜ ਕੇ ਆਉਣੀ ਸਟੇਜ ਤੋਂ ਸੁੱਟ ਦਾਂਗੇ, ਇਹ ਨਹੀਂ ਗੱਲ। ਪਾਰਟੀ ਤਕੜੀ ਹੋ, ਜੇ ਇੱਥੇ ਮੈਂ ਆਇਆ ਤਾਂ ਮੈਨੂੰ ਪਤਾ ਲੱਗਾ, ਜੇ ਆਉਂਦਾ ਇਹਨਾਂ ਦਾ ਫਿਰ ਕਿੱਥੇ ਪਤਾ ਲੱਗਣਾ ਸੀ। ਇਹ ਸਗੋਂ ਉਹ ਆਉਣ, ਇਹ ਵਿਰੋਧ ਕਰਨ ਤੇ ਮੈਨੂੰ ਪਤਾ ਲੱਗੂਗਾ ਭਈ ਇਹ ਲੋਕ ਕੀ ਚਾਹੁੰਦੇ। ਹੰਗਾਮੇ ਤੋਂ ਬਾਅਦ ਸੀਨੀਅਰ ਆਗੂਆਂ ਨੇ ਕਿਹਾ ਹੈ ਕਿ ਅਕਾਲੀ ਦਲ ਇੱਕ ਸਮੁੰਦਰ ਹੈ ਤੇ ਸਮੁੰਦਰ ਵਿੱਚ ਕਈ ਵੱਡੇ ਮਗਰਮੱਛ ਵੀ ਹੁੰਦੇ ਨੇ। ਪਾਰਟੀ ਇੱਕ ਸਮੁੰਦਰ ਹੈ ਤੇ ਸਮੁੰਦਰ ਵਿੱਚ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਨੇ, ਮਗਰਮੱਛ ਵੀ ਨੇ, ਵੱਡੀਆਂ ਵੱਡੀਆਂ ਵੇਲ ਮੱਛੀਆਂ ਵੀ ਨੇ। ਇਸ ਕਰਕੇ ਕੋਈ ਕਿਸੇ ਦੇ ਖਿਲਾਫ ਜੇ ਕੋਈ ਬੋਲਦਾ, ਅਕਾਲੀ ਦਲ ਦੇ ਖਿਲਾਫ ਕੋਈ ਨਹੀਂ ਬੋਲਦਾ। ਨੰਬਰ 2, ਕੁਝ ਲੋਕ ਪਾਰਟੀਆਂ ਦੇ ਵਿੱਚ ਭੇਜ ਦਿੰਦੇ ਨੇ ਬੰਦਿਆਂ ਨੂੰ ਮੀਟਿੰਗਾਂ ਖਰਾਬ ਕਰਨ ਲਈ। ਅਜਿਹੇ ਬੰਦੇ ਕੁਝ ਆਏ ਨੇ ਜਿਹੜੇ ਪਹਿਲਾਂ ਕਦੇ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸੀ, ਫਿਰ ਆਮ ਨਾਲ ਚਲੇ ਗਏ ਸੀ, ਆਮ ਤੋਂ ਫਿਰ ਵਾਪਸੀ ਕੀਤੀ। ਉਹਨਾਂ ਲੋਕਾਂ ਨੂੰ ਤਕਲੀਫ ਹੋਈ ਆ, ਆਏ ਵੀ ਉਹ ਲੇਟ ਨੇ। ਜੇ ਟਾਈਮ ਨਾ ਆਉਂਦੇ ਉਹਨਾਂ ਨੂੰ ਸਤਿਕਾਰ ਮਾਨ ਹੋਰ ਦੇ ਦਿੰਦੇ। ਪਹਿਲਾਂ ਉਹਨਾਂ ਨੂੰ ਆਪਣੇ ਪਿਛੋਕੜ ਵੱਲ ਝਾਤ ਮਾਰਨੀ ਚਾਹੀਦੀ ਆ। ਜਦੋਂ ਬਰਨਾਲਾ ਮੁੱਖ ਮੰਤਰੀ ਸੀ ਉਦੋਂ ਕੈਪਟਨ ਬਾਠ ਉੱਧਰ ਚੱਲਿਆ ਸੀ, ਦੁਬਾਰਾ ਪੀਪੀ ਬਣੀ ਅਤੇ ਉੱਧਰ ਚੱਲ ਗਿਆ ਚੱਲਾਏ। ਉਸ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਆਮ ਆਦਮੀ 'ਚ ਗਿਆ। ਉਹ ਪਹਿਲਾਂ ਆਪਣੇ ਦੇ ਜਿਹੜੇ ਆ ਦਾਗ ਲੱਗੇ ਉਹਨੂੰ ਤਾਂ ਧੋਣ, ਫਿਰ ਕਿਸੇ 'ਤੇ ਲਾਉਣ। ਕੀਤਾ ਪੂਰਾ ਉਹ ਪਾਰਟੀ 'ਤੇ ਹੈ ਹੀ ਨਹੀਂ। ਜੇ ਸੋਚਿਆ ਜਾਵੇ ਤਾਂ ਪਾਰਟੀ ਦੂਜੇ ਨੰਬਰ 'ਤੇ। ਮੈਨੂੰ ਕਹਿੰਦੇ ਤੂੰ ਗੱਜ ਇੱਦਾਂ ਨਹੀਂ, ਫਿਰ ਆਪ ਕਿਉਂ ਨਹੀਂ ਜਿਤਾਇਆ? ਜਿਹੜੀ ਵਿਰੋਧਤਾ ਵਾਲੀ ਗੱਲ ਉਹ ਕੈਂਡੀਡੇਟ ਕਰੇ ਇਹ ਕੌਣ ਹੁੰਦੇ ਆ? ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। अगर तुसी भी जुड़ना चाहते हो खबर हरपल इंडिया दे नाल, तां सानू लोड है अमृतसर, तरनतारन अते गुरदासपुर जिले तो मेहनती पत्रकारां दी, जो अदारे नू खबर दे नाल नाल इश्तिहार भी दे सकदे होण। सो देर ना करो ते हुणे संपर्क करो 9988645447 ते, जां तुसी साडी ईमेल ते अपना बायोडाटा भी भेज सकदे हो। साडी ईमेल आईडी है feedback@thebahar.com।